ਆਰਐਸਐਸ ਦੇ ਸਥਾਪਨਾ ਦਿਹਾੜੇ ਤੇ ਦੁਸ਼ਹਿਰੇ ਦੇ ਮੌਕੇ ਤੇ ਆਰਐਸਐਸ ਵਰਕਰਾਂ ਦੇ ਵੱਲੋਂ ਸ਼ਸਤਰ ਮਾਰਚ ਕੱਢਿਆ ਗਿਆ ਜੋ ਕਿ ਸਾਈਂਦਾ ਸਕੂਲ ਤੋਂ ਸ਼ੁਰੂ ਹੋ ਕੇ ਵਾਪਸ ਉੱਥੇ ਆ ਕੇ ਸਮਾਪਤ ਹੋਇਆ। ਇਸ ਮੌਕੇ ਤੇ ਕ੍ਰਿਸ਼ਨ ਦੇਵ ਭੰਡਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ 1925 ਦੇ ਵਿੱਚ ਆਰਐਸਐਸ ਦੀ ਸਥਾਪਨਾ ਹੋਈ ਸੀ, ਤਦ ਤੋਂ ਲੈ ਕੇ ਹੀ ਦੁਸ਼ਹਿਰੇ ਪਰਬ ਦੇ ਮੌਕੇ ਤੇ ਆਰਐਸਐਸ ਸ਼ਸਤਰ ਮਾਰਚ ਕੱਢ ਕੇ ਇਸ ਦਿਹਾੜੇ ਨੂੰ ਮਨਾਉਂਦੀ ਹੈ। ਇਸ ਮੌਕੇ ਤੇ ਆਰਐਸਐਸ ਵਰਕਰ ਅਨਿਲ ਸੱਚਰ ਨੇ ਕਿਹਾ ਕਿ ਹਰ ਸਾਲ ਦੁਸ਼ਹਿਰਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਆਰਐਸਐਸ ਵਰਕਰਾਂ ਦੇ ਵੱਲੋਂ ਸ਼ਸਤਰ ਮਾਰ ਕੱਢਿਆ ਜਾਂਦਾ ਹੈ। ਅੱਜ ਸਾਡੀ ਜਿਹੜਾ ਸਥਾਪਨਾ ਦਿਵਸ ਹੈ ਔਰ ਇਹ ਪਰੰਪਰਾ ਚੱਲੀ ਆ ਰਹੀ 1925 ਤੋਂ ਹੀ ਵੀ ਦੁਸਹਿਰੇ ਵਾਲੇ ਦਿਨ ਸਾਰੇ ਜਿੰਨੇ ਸਵੰਮ ਸੈਕ ਹੈਗੇ ਆਪਣੇ ਪੂਰੇ ਗਣਵੇਸ਼ ਦੇ ਵਿੱਚ ਰੂਟ ਕਰਨਾ ਹੈ, ਜੋ ਸਾਡੀ ਸੰਘ ਦੀ ਪੱਧਤੀ ਆ ਉਹ ਅਸੀਂ ਅੱਜ ਉਹਦਾ ਨਿਰਵਾਹ ਕਰ ਰਹੇ ਹਾਂ। ਜਿਹੜਾ ਰੂਟ ਮਾਰਚ ਕਿੱਥੋਂ ਸ਼ੁਰੂ ਹੋਵੇਗਾ? ਇਹ ਸਾਈਂਦਾ ਸਕੂਲ ਤੋਂ ਸ਼ੁਰੂ ਹੋਏਗਾ। ਅੱਜ ਦੇ ਦਿਨ ਰਾਸ਼ਟਰੀ ਸੰਘ ਸੇਵਕ ਸੰਘ ਦੀ ਸਥਾਪਨਾ ਹੋਈ ਸੀ 1925 ਦੇ ਅੰਦਰ। ਹਿੰਡਗੇਵਰ ਜੀ ਨੇ ਰਾਸ਼ਟਰੀ ਸਵੰਮ ਸੇਵਕ ਦੀ ਸਥਾਪਨਾ ਕੀਤੀ ਸੀ ਅਤੇ ਸਵੰਮ ਸੇਵਕਾਂ ਨੂੰ ਇਹ ਆਹਵਾਨ ਕੀਤਾ ਸੀ ਦੁਸਹਿਰੇ ਦੇ ਦਿਨ ਦੇ ਅੰਦਰ ਵੀ ਅਸੀਂ ਸਵੰਮ ਸੇਵਕ ਜਿਹੜੇ ਆ ਰਾਸ਼ਟਰ ਹਿੱਤ ਲਈ ਦੇਸ਼ ਹਿੱਤ ਦੇ ਲਈ ਹਰ ਵੇਲੇ ਅਸੀਂ ਸਮਰਪਿਤ ਰਹਾਂਗੇ। ਦੇਸ਼ ਦੇ ਕੋਈ ਵੀ ਵਿਪਤਾ ਆਵੇ ਜਾਂ ਕਿਸੇ ਕਿਸਮ ਦਾ ਕਿਸੇ ਪ੍ਰਾਣੀ ਦੇ ਉੱਤੇ ਦੇਸ਼ ਦੇ ਅੰਦਰ ਰਹਿਣ ਵਾਲਾ ਉਹ ਕਿਸੇ ਵੀ ਤਕਲੀਫ ਦੇ ਅੰਦਰ ਹੋਵੇ, ਸਾਡਾ ਸਵੰਮ ਸੇਵਕ ਜਿਹੜਾ ਬਿਨਾਂ ਭੇਦਭਾਵ ਅਤੇ ਬਿਨਾਂ ਜਾਤ ਪਾਤ ਦੇ ਉਹਦਾ ਕੰਮ ਕਰੇਗਾ। ਅਸੀਂ ਅੱਜ ਦੇ ਦਿਨ ਦੇ ਉੱਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਾਂ। ਦੁਸਹਿਰੇ ਦੇ ਪਰਬ ਦੇ ਉੱਤੇ ਅਸੀਂ ਵਧਾਈ ਦਿੰਦੇ ਹਾਂ ਅਤੇ ਸਾਰੇ ਸਵੰਮ ਸੇਵਕਾਂ ਨੂੰ ਦੁਬਾਰਾ ਹਿੰਡਗੇਵਰ ਜੀ ਦਾ ਜਿਹੜਾ ਕਿਹਾ ਉਹ ਦੁਬਾਰਾ ਦੁਹਰਾਉਂਦੇ ਹਾਂ ਵੀ ਹਰ ਇੱਕ ਜਿਹੜਾ ਸ਼ਖਸ ਹੈ ਉਹ ਰਾਸ਼ਟਰ ਹਿੱਤ ਦੇ ਲਈ ਕੰਮ ਕਰੇ, ਹਰ ਇੱਕ ਇਨਸਾਨ ਜਿਹੜਾ ਦੇਸ਼ ਦੇ ਲਈ ਹਿੱਤ ਲਈ ਕੰਮ ਕਰੇ। ਧੰਨਵਾਦ। ਫਲੈਗ ਮਾਰਚ ਕੱਢਿਆ ਜਾ ਰਿਹਾ, ਕਿੱਥੋਂ ਲੈ ਕੇ ਕਿੱਥੋਂ ਤੱਕ ਕੱਢਿਆ ਜਾ? ਇਹ ਜਿਹੜੀ ਸ਼ੋਭਾ ਯਾਤਰਾ ਜਿਸ ਤਰ੍ਹਾਂ ਸਾਈਂਦਾ ਸਕੂਲ ਤੋਂ ਸ਼ੁਰੂ ਹੋ ਕੇ ਮਿਲਾਪ ਚੌਂਕ ਤੋਂ ਕੰਪਨੀ ਬਾਗ ਤੋਂ ਅਸੀਂ ਪਟੇਲ ਚੌਂਕ ਤੋਂ ਬਸਤੀ ਅੱਡਾ ਪਟੇਲ ਚੌਂਕ ਤੋਂ ਹੁੰਦਿਆਂ ਦੁਬਾਰਾ ਸਾਈਂਦਾ ਸਕੂਲ ਦੇ ਵਿੱਚ ਜਿਹੜਾ ਉੱਥੇ ਸਮਾਪਨ ਕਰਾਂਗੇ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ ਟੀਵੀ NRI ਦੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।